ਵਿਦੇਸ਼ ਵਿੱਚ ਜਾਣ ਦੀ ਚਾਹ ਅਤੇ ਏਜੰਟ ਦੇ ਚੱਕਰ ਵਿੱਚ ਫਸ ਕੇ ਇੱਕ ਜਵਾਨ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦਾ ਨਾਮ ਸੁਖਦੇਵ ਸ਼ਰਮਾ ਹੈ ਅਤੇ ਪਿਛਲੇ ਸਾਲ ਏਜੰਟ ਨਿਰਮਲ ਸਿੰਘ ਨੇ ਉਸ ਨੂੰ ਵਰਕ ਪਰਮਿਟ ਦਾ ਵਚਨ ਦੇ ਕੇ ਮਲੇਸ਼ੀਆ ਭੇਜਿਆ ਸੀ, ਲੇਕਿਨ 3 ਮਹੀਨੇ ਬਾਅਦ ਸੁਖਦੇਵ ਸ਼ਰਮਾ ਨੂੰ ਮਲੇਸ਼ੀਆ ਪੁਲਿਸ ਨੇ ਫੜ ਲਿਆ। ਇਸੇ ਤਰ੍ਹਾਂ ਸੁਖਦੇਵ ਸ਼ਰਮਾ ਨੂੰ ਘਰ ਵਾਲਿਆਂ ਨੇ ਪੁਲਿਸ ਦੇ ਚੁੰਗਲ 'ਚੋਂ ਵਾਪਸ ਛੁਡਾ ਕੇ ਘਰ ਲੈ ਆਉਂਦਾ। ਇੱਥੇ ਆ ਕੇ ਸੁਖਦੇਵ ਸ਼ਰਮਾ ਨੇ ਏਜੰਟ ਕੋਲੋਂ ਆਪਣੇ ਪੈਸੇ ਵਾਪਸ ਮੰਗੇ। ਏਜੰਟ ਨੇ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਸੁਖਦੇਵ ਸ਼ਰਮਾ ਪਰੇਸ਼ਾਨ ਰਹਿਣ ਲੱਗਾ ਅਤੇ ਅੱਜ ਉਸਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਕੀ ਨਾਮ ਤੁਹਾਡਾ? ਅਮੀਰ ਚਾਂਦੀ। ਕੀ ਹੋਇਆ ਸਰ? ਸਰ ਮੁੰਡਾ ਗਿਆ ਬਾਹਰ ਮਲੇਸ਼ੀਆ। ਕਦੋਂ ਦਾ ਗਿਆ ਸੀ, ਕਿਤਨਾ ਸਰ? ਇਹ ਗਿਆ ਸੀ 2018 'ਚ 29 ਮਾਰਚ ਨੂੰ। ਅਤੇ ਵਾਪਸ ਆਇਆ ਵਾ, ਇਹ ਜ਼ਹਿਰ ਨੇ ਖਾਧਾ, ਕੀ ਖਾਧਾ? ਇਹ ਟੂਰਿਸਟ ਵੀਜ਼ੇ 'ਤੇ ਉਹਨਾਂ ਭੇਜਿਆ ਸੀ, ਕੰਮ ਉਸ ਤਰ੍ਹਾਂ ਇਹਨੂੰ ਮਿਲਿਆ ਸੀ, ਪਰ ਉਧਰ ਪੁਲਿਸ ਨੇ ਫੜ ਲਿਆ, ਉਸਨੇ ਪੈਸੇ ਦੇ ਕੇ ਛੱਡਿਆ। ਕਾਹਦੇ ਵਾਸਤੇ ਪੁਲਿਸ ਨੇ ਫੜਿਆ? ਇਹਦੇ ਕੋਈ ਕਾਗਜ਼ ਨਹੀਂ ਹੈਗੇ। ਅਤੇ ਜਿਹੜਾ ਏਜੰਟ ਹੈਗਾ ਉਹਦੇ ਖਿਲਾਫ ਕੋਈ ਕੰਪਲੇਂਟ ਦਿੱਤੀ? ਉਹਦੀ ਕੰਪਲੇਂਟ ਦਿੱਤੀ ਸੀ। ਹਾਂ, ਕੀ ਲੈਣਾ ਦੇਣਾ ਉਹਦੇ ਵਿੱਚ? ਉਹਦੇ 'ਤੇ ਅਸੀਂ ਕੰਪਲੇਂਟ ਸਰ, ਜੋ ਜਾਇਜ਼ ਸੀ 3-3.5 ਲੱਖ ਰੁਪਈਆ ਉਹਨੂੰ ਕਿਹਾ ਸੀ, ਤੋ ਅਸੀਂ ਕਿਸੇ ਵਕੀਲ ਕੀਤਾ, ਵਕੀਲ ਨੇ 6.5 ਲੱਖ ਰੁਪਈਆ ਪਾਤਾ, ਉਹਦਾ ਮੈਂ 6.5 ਲੱਖ ਰੁਪਈਆ ਲਿਆ ਹੀ ਨੀਗਾ। ਅੱਛਾ, ਜਿਹਨੇ 1,25,000 ਇਹਨੇ ਲਿਆ ਤਾਂ ਸਾਡਾ 3-3.5 ਲੱਖ ਰੁਪਈਆ ਲੱਗ ਗਿਆ। ਐਲੀਗੇਸ਼ਨ ਹੈਗਾ ਵਾ ਕਿ ਪੈਸੇ ਲੈਣੇ ਉਹਦੇ ਕੋਲ? ਹਾਂਜੀ ਹੈ ਜੀ। ਕੀ ਨਾਂ ਏਜੰਟ ਦਾ? ਇਹ ਨਿਰਮਲ ਸਿੰਘ। ਕਿਹੜੀ ਜਗ੍ਹਾ ਦੁਕਾਨ ਉਹਦੀ? ਇਹ ਰਹਿੰਦਾ ਬਾਬਾ ਬੁੱਢਾ ਹੈ। ਬਾਬਾ ਬੁੱਢਾ ਰਹਿੰਦਾ, ਬੁੱਢਾ ਰਹਿੰਦਾ। ਅਤੇ ਤੁਹਾਡੇ ਮੁੰਡੇ ਦਾ ਕੀ ਨਾਮ? ਸੁਖਦੇਵ ਜੀ। ਅਤੇ ਖਾਧਾ ਕੀ ਸੁਖਦੇਵ ਨੇ? ਇਹ ਜੀ ਪਤਾ ਨਹੀਂ, ਖਾਧਾ ਕੋਈ ਜ਼ਹਿਰ ਖਾ ਲਿਆ, ਘਰ ਇਹ ਰੰਗ ਕਰਨ ਲਿਆ ਸੀ ਅਤੇ ਪ੍ਰੈਸ਼ਰ 'ਚ ਰਹਿੰਦਾ ਸੀ, ਸਾਡੇ ਪਿਓ ਦਾ ਲੈਣ ਦੇਣ ਸਾਲ ਹੋ ਗਿਆ, ਗੱਲ ਮੁੱਕਦੀ ਨੀਗੀ, ਟੈਨਸ਼ਨ ਲੈਂਦਾ ਸੀ ਮੁੰਡਾ ਵੀ ਬਹੁਤ ਜ਼ਿਆਦਾ। ਕੀ ਮੰਗ ਕਰਦੇ ਪੁਲਿਸ? ਅਸੀਂ ਮੰਗ ਕਰਦੇ ਜੋ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ। ਜੈਦੀਪ ਸ਼ਰਮਾ ਜਿਹੜਾ ਲੜਕਾ ਡੈਥ ਹੋਈ, ਉਹਦਾ ਨਾਂ ਸੁਖਦੇਵ ਸ਼ਰਮਾ ਜੀ ਲੱਗ ਗਿਆ, ਬ੍ਰਦਰ ਛੋਟਾ। ਕੀ ਹੋਇਆ ਸਰ? ਬਾਹਰ ਜਾਣ ਦੇ ਚੱਕਰ 'ਚ ਦੁਖੀ ਰਹਿੰਦਾ ਸੀ ਅਤੇ ਏਜੰਟ ਨਾਲ ਕੇਸ ਚੱਲਦਾ ਪਿਆ, ਕੋਈ ਦੱਸਦੇ ਨਹੀਂ, ਫੋਨ ਨਹੀਂ ਕਰਦੇ, ਫੋਨ ਚੱਕਦੇ ਨਹੀਂ ਸੀ ਅਤੇ ਫਰਾਰ ਹੋਏ ਨੇ ਅਤੇ ਸਾਡੇ ਜੋ ਬੰਦਾ ਉਹਨੂੰ ਦਿੱਤਾ ਜਾਏ। ਕਿੰਨੇ ਪੈਸੇ ਦਿੱਤੇ ਹੋਏ ਏਜੰਟ ਨੇ? ਇਹ ਬਾਕੀ 1,25,000 ਇਹਨੇ ਲਿਆ ਸੀ ਸਰ ਤੋਂ। ਅਤੇ ਹੁਣ ਲੈਣੇ ਕਿੰਨੇ ਉਹਦੇ ਕੋਲ? ਬਾਕੀ ਜੋ ਸਾਡਾ ਹੱਕ ਬੰਦਾ ਨੂੰ ਮਿਲਣਾ ਚਾਹੀਦਾ। ਕਿੰਨੇ ਆਉਂਦਾ ਜਾਂ ਤੁਹਾਡਾ? ਹੁਣ ਸਾਡਾ 3-3.5 ਦੇ ਲਾਗੇ ਬੰਨੇ ਰੁਪਈਆ ਲੱਗ ਚੁੱਕਾ। ਅਤੇ ਮੁੰਡੇ ਦਾ ਨਾਂ ਦੱਸਦਾ, ਖਾਧਾ ਕੀ ਸੀ ਉਹਨੇ? ਇਹ ਨਹੀਂ ਪਤਾ ਹੈ ਬਾਕੀ ਖਾਧਾ ਕੀ ਹੈ। ਪੁਲਿਸ ਵੱਲੋਂ ਕਾਰਵਾਈ ਹੋਣ ਦੀ? ਪੁਲਿਸ ਵੱਲੋਂ ਕਾਰਵਾਈ ਹੋ ਰਹੀ ਹੈ ਪੂਰੀ। ਸਰ ਜਿਹੜਾ ਮਸਲਾ ਹੋਇਆ ਕੱਲ੍ਹ ਸ਼ਾਮੀ, ਸਾਨੂੰ ਉਤਰਾਹ ਆਈ ਸੀ ਕਿ ਸੁਖਦੇਵ ਸ਼ਰਮਾ ਸਾਨੂੰ ਹਮੀਰ ਚੰਦ ਰੈਜੀਡੈਂਸ ਆਫ ਪ੍ਰੀਤਨਗਰ ਅੰਮ੍ਰਿਤਸਰ, ਜਿਹਦੀ ਉਮਰ 23 ਸਾਲ ਹੈ, ਹੋਸਪਿਟਲ ਦਾਖਲ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ, ਥੋੜ੍ਹੀ ਦੇਰ ਬਾਅਦ ਫਿਰਤ ਲਾ ਕੇ ਵੀ ਉਹਦੀ ਮੌਤ ਹੋ ਗਈ ਹੈ। ਮੌਕੇ 'ਤੇ ਉਹਦੇ ਵਾਰਸ, ਬਾਪ, ਸਾਰੇ ਰਿਸ਼ਤੇਦਾਰ, ਭੈਣ ਭਰਾ ਮੌਕੇ 'ਤੇ ਹਾਜ਼ਰ ਸੀ, ਜਿਨ੍ਹਾਂ ਨੇ ਦੱਸਿਆ ਕਿ ਇਹ ਮਾਰਚ 2018 'ਚ ਮਲੇਸ਼ੀਆ ਗਿਆ ਸੀ। ਉੱਥੋਂ ਵਾਪਸ ਆ ਕੇ ਥੋੜ੍ਹਾ ਪਰੇਸ਼ਾਨ ਸੀ, ਇਹਦਾ ਉੱਥੇ ਕੰਮ ਨਹੀਂ ਸੀ ਬਣਿਆ। ਕੱਲ੍ਹ ਆਪਣੇ ਘਰ ਪੇਂਟ ਦਾ ਕੰਮ ਕਰ ਰਿਹਾ ਸੀ ਅਤੇ ਅਚਾਨਕ ਇਹਨੇ ਆਪਣੇ ਘਰ ਕਿਸੇ ਭੁਲੇਖੇ ਨਾਲ ਕੁਛ ਖਾ ਲਿਆ, ਜਿਹਦੇ ਕਰਕੇ ਇਹਨੂੰ ਦਾਖਲ ਹਸਪਤਾਲ ਕਰਵਾਇਆ ਸੀ। ਦੌਰਾਨੇ ਇਲਾਜ ਇਹਦੀ ਮੌਤ ਹੋ ਗਈ ਹੈ। ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਜੋ ਇਹਨਾਂ ਦੱਸਿਆ ਉਹਦੇ ਅਨੁਸਾਰ 174 CRPC ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਫਿਰ ਵੀ ਜੇਕਰ ਗੱਲ ਹੋਰ ਨੋਟਿਸ ਆਈ ਤਾਂ ਵੈਰੀਫਾਈ ਕਰਕੇ
ਜੇ ਕੋਈ ਕਾਰਵਾਈ ਬਣਦੀ ਹੋਈ ਤਾਂ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਉਂਦੀ ਹੈ। ਸਰ ਏਜੰਟ ਦਾ ਵੀ ਕੋਈ ਰੋਲ ਹੋਏਗਾ ਵਿੱਚ, ਕਹਿੰਦੇ ਵੀ ਪੈਸੇ ਪੂਸੇ ਦਾ ਮਸਲਾ ਹੈਗਾ ਉਹ? ਨਹੀਂ, ਏਜੰਟ ਦਾ ਇਹਨਾਂ ਨਾਲ ਕੋਈ ਭੇਜਿਆ, ਜਿਹੜੇ ਏਜੰਟ ਨੇ ਉਹਦੇ ਬਾਰੇ ਇਹਨਾਂ ਦੀ ਕੋਈ ਦਰਖਾਸਤ ਚੱਲਦੀ ਸੀ ਆਪਸ, ਲੇਕਿਨ ਫਿਲਹਾਲ ਇਹਨਾਂ ਏਜੰਟ ਬਾਰੇ ਡਾਇਰੈਕਟਰੀ ਤੌਰ 'ਤੇ ਸਿੱਧੇ ਤੌਰ 'ਤੇ ਇਹਦੇ ਕੁਛ ਨਹੀਂ ਕਿਹਾ ਹੈ। ਜੇਕਰ ਇਹ ਕਹਿਣਗੇ ਤਾਂ ਉਹਨੂੰ ਵੈਰੀਫਾਈ ਕਰਕੇ ਜੋ ਕਾਰਵਾਈ ਮੰਨਦੀ ਹੋਏਗੀ ਅਮਲ 'ਚ ਲਿਆਵਾਂਗੇ।